ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਅਸੀਂ ਹਾਜ਼ਰ ਹਾਂ ਲੈ ਕੇ ਸਾਡੀ ਖਾਸ ਪੇਸ਼ਕਸ਼ ਸਾਡੇ ਸਰਪੰਚ ਸਾਹਿਬ ਤੇ ਗੁਰਦਾਸਪੁਰ ਦੇ ਵਿੱਚ ਸਾਡੇ ਸਹਿਯੋਗੀ ਅਵਤਾਰ ਸਿੰਘ ਨੇ ਉੱਥੇ ਖਾਸ ਜਾਇਜ਼ਾ ਲਿਆ ਲੋਕਾਂ ਨਾਲ ਗੱਲਬਾਤ ਕੀਤੀ ਕੀ ਕਹਿਣਾ ਪਿੰਡ ਵਾਸੀਆਂ ਦਾ ਉਹ ਸੁਣਦੇ ਹਾਂ ਚੋਣਾਂ ਨੂੰ ਲੈ ਕੇ ਜੋ ਸਿਆਸੀ ਅਖਾੜਾ ਉਹ ਪੂਰੀ ਤਰ੍ਹਾਂ ਭਖਿਆ ਹੋਇਆ ਵਾ ਤੇ ਪਿੰਡ ਦੇ ਵਿੱਚ ਵੀ ਸਰਪੰਚੀ ਨੂੰ ਲੈ ਕੇ ਲੋਕਾਂ ਵਿੱਚ ਜਿਹੜੀ ਕਾਫੀ ਹੋੜ ਜਿਹੜੀ ਦਿਖਾਈ ਦੇ ਰਹੀ ਅਸੀਂ ਇਸ ਵਿੱਚ ਪਹੁੰਚੇ ਆ ਪਿੰਡ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਵਿੱਚ ਮੇਰੇ ਨਾਲ ਇਸ ਵਿੱਚ ਪਿੰਡ ਵਿੱਚ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵਿਕਾਸ ਦੇ ਕੀ ਮੁੱਦੇ ਹੋਣਗੇ ਤੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਜਿਹੜਾ ਵਾ ਉਹ ਹਜੇ ਤੱਕ ਅਧੂਰਾ ਪਿਆ ਹੋਇਆ ਵਾ ਤੇ ਕੁਝ ਜਿਹੜਾ ਵਿਕਾਸ ਉਹ ਹੋ ਵੀ ਚੁੱਕਾ ਵਾ ਮੇਰੇ ਨਾਲ ਪਿੰਡ ਦੇ ਲੋਕ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਜਿਹੜੇ ਵਿਕਾਸ ਦੇ ਮੁੱਦੇ ਨੇ ਉਹ ਜਿਸ ਨੂੰ ਲੈ ਕੇ ਸਰਪੰਚ ਬਣਾਉਣ ਜਾ ਰਹੇ ਨੇ ਤੇ ਜਿਹੜੇ ਵਿਕਾਸ ਦੇ ਕੀ ਮੁੱਦੇ ਹੋਣਗੇ ਜੀ ਕੀ ਨਾਂ ਜੀ ਆਪਣਾ ਕਸ਼ਮੀਰ ਜੀ ਕਸ਼ਮੀਰ ਸਿੰਘ ਜੀ ਕੀ ਵਿਕਾਸ ਦੇ ਮੁੱਦੇ ਨੇ ਜਿਸ ਨੂੰ ਲੈ ਕੇ ਤੁਸੀਂ ਇਹ ਸਰਪੰਚ ਬਣਾਉਣ ਜਾ ਰਹੇ ਹੋ ਪਿੰਡ ਦੇ ਕਾਫੀ ਜਿਹੜੇ ਹੈਗੇ ਆ ਵਿਕਾਸ ਹੋਇਆ ਹੈਗਾ ਤੇ ਥੋੜਾ ਵਾ ਵਈਏ ਜਿਹੜਾ ਵੀ ਫੋਲਾ ਰਹਿੰਦਾ ਵਾ ਜੀ ਤੇ ਆਪਾਂ ਤੇ ਇਸੇ ਮਾਰੇ ਨੌਜਵਾਨ ਬਣਾਇਆ ਵਾ ਤੇ ਆਪਾਂ ਵਿਕਾਸ ਕਰਾਉਣਾ ਪਿੰਡ ਦਾ ਪਿੰਡ ਦੇ ਨਸ਼ੇ ਛਡਾਉਣੇ ਜਿਹੜੇ ਕੋਈ ਬੰਦਾ ਖਾਣ ਵਾਲਾ ਉਹ ਵੀ ਛਡਾਉਣਾ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਵਿਕਾਸ ਹੋ ਸਕੇ ਆਪਾਂ ਉਹ ਕਰਾਉਣਾ ਇਹਨਾਂ ਦਾ 10 ਸਾਲ ਅਕਾਲੀ ਸਰਕਾਰ ਰਹੀ ਆ ਪਹਿਲਾਂ ਅਕਾਲੀ ਸਰਪੰਚ ਵੀ ਦੱਸਿਆ ਯਾਰ ਇੱਥੇ ਹੈਗਾ ਸੀਗਾ ਉਦੋਂ ਕਿਉਂ ਨਹੀਂ ਵਿਕਾਸ ਹੋਇਆ ਸਾਰਾ ਇਹ ਉਹ ਉਦੋਂ ਜੀ ਕੁਝ ਕਮੀਆਂ ਉਹਨਾਂ ਦੀ ਬਾਰਾਂ ਜਾ ਗਈਆਂ ਹਨ ਤੇ ਤਾਂ ਨਹੀਂ ਹੋਇਆ ਇਹ ਕਿੱਦਾਂ ਦਾ ਵਿਕਾਸ ਜਿਹੜਾ ਪਿੰਡ ਵਿੱਚ ਹੋਇਆ ਵੀ ਅਧੂਰਾ ਪਿਆ ਅਜੇ ਤਾਂ ਕਾਫੀ ਗਲੀਆਂ ਪਈਆਂ ਵੇ ਪਿੰਡ ਜਿਹੜੀਆਂ ਉਦੋਂ ਦੀਆਂ ਬਣਨ ਵਾਲੀਆਂ ਰਹਿੰਦੀਆਂ ਨਾਲੀਆਂ ਸਾਡੇ ਲਾਗੇ ਬਣੀਆਂ ਬਣਨ ਵਾਲੀਆਂ ਰਹਿੰਦੀਆਂ ਅਸੀਂ ਕਾਫੀ ਬੰਦਿਆਂ ਨਾਲ ਸਮਝੌਤਾ ਵੀ ਕੀਤਾ ਅਸੀਂ ਖੇਡੇ ਵੀ ਹਾਂ ਬਾਕੀਆਂ ਨਾਲ ਵੋਟਾਂ ਵੀ ਪਈਆਂ ਪਰ ਸਾਨੂੰ ਮਿਲਿਆ ਨਹੀਂ ਕੁਝ ਦੇਖੋ ਤਿੰਨ ਚਾਰ ਚੀਜ਼ਾਂ ਹੁੰਦੀਆਂ ਸਰ ਜਿੱਦਾਂ ਆਪਾਂ ਮੰਨ ਲੈਂਦੇ ਹਾਂ ਕਿ ਵੀ ਸਾਨੂੰ ਲੋਕਤੰਤਰ ਤੋਂ ਕੀ ਮਿਲਣਾ ਚਾਹੀਦਾ ਸਾਨੂੰ ਸਰਕਾਰ ਕੋਲ ਪਾਵਰ ਮਿਲਣੀ ਚਾਹੀਦੀ ਕਿ ਵੀ ਸਾਡੇ ਬੱਚੇ ਜੋ ਹੈ ਉਹ ਵਧੀਆ ਤਰੀਕੇ ਨਾਲ ਪੜ੍ਹ ਸਕਣ ਪੜ੍ਹਨ ਦੀ ਪ੍ਰਾਪਤੀ ਨਹੀਂ ਹੈ ਉਹ ਸਾਡੇ ਦੂਸਰੇ ਸਕੂਲ ਚਲ ਗਈ ਦੂਸਰੇ ਪਿੰਡ ਚਲ ਗਈ ਜਾਂ ਹਿਮਰਾਜਪੁਰ ਜਿਹੜਾ ਸਭ ਤੋਂ ਸਕੂਲ ਹੁੰਦਾ ਰਿਹਾ ਉਹ ਸਕੂਲ ਨਹੀਂ ਬਣਿਆ ਇੱਥੇ ਨਾ ਹੁਣ ਮਿਡਲ ਬਣਿਆ ਛੋਟਾ ਜਿਹਾ ਉਹਦਾ ਵੀ ਜਿਹੜਾ ਨਾ ਪੇਪਰ ਬਾਹਰ ਚਲਾ ਗਿਆ ਸਾਡੇ ਪਿੰਡ 'ਚ ਗਰਾਊਂਡ ਹੀ ਨਹੀਂ ਸਭ ਤੋਂ ਮੇਨ ਗਰਾਊਂਡ ਨੰਬਰ 2 'ਤੇ ਸਾਡੇ ਪਿੰਡ 'ਚ ਛੱਪਰ ਜੋ ਹੈ ਨਾ ਉਹ ਸਾਰੇ ਮੰਡੇ ਗਏ ਛੱਪਰ ਹੀ ਹੈ ਨਹੀਂ ਨੰਬਰ 3 'ਤੇ ਕਿ ਪਿੰਡ ਦਾ ਵਿਕਾਸ ਕੀ ਹੁੰਦਾ ਹੈ ਕਿ ਵੀ ਹਾਂ ਅਸੀਂ ਗਲੀਆਂ ਨਾਲੀਆਂ ਬਣਾਉਣੀਆਂ ਚਾਹੁੰਦੇ ਸਾਡੀਆਂ ਗਲੀਆਂ ਨਾਲ ਗਲੀ ਬਣਾਤੀਆਂ ਥੋੜ੍ਹੀਆਂ ਬਹੁਤੀਆਂ ਆਪਣੇ ਬਾਦਲ ਸਰਕਾਰ ਨੇ ਪਰ ਨਾਲੀ ਕੋਈ ਨਹੀਂ ਬਣੀ ਨਾਲੀਆਂ ਸਾਰੀਆਂ ਬੇਕਾਰ ਨੇ ਅਸੀਂ ਇਹੋ ਹੀ ਚਾਹੁੰਦੇ ਵੀ ਅਸੀਂ ਨੌਜਵਾਨ ਅੱਗੇ ਆਈਏ ਤੇ ਪਿੰਡ ਦਾ ਵਿਕਾਸ ਹੋਏ ਸਾਡੇ ਪਿੰਡ ਦੇ ਵਿੱਚ ਇੱਕ ਵੀ ਵਿਕਾਸ ਨਹੀਂ ਹੋਇਆ ਸਭ ਤੋਂ ਪਹਿਲਾਂ ਅਸੀਂ ਆਪਣੇ ਵੀਰ ਨਾਲ ਸਲਾਹ ਕਰਕੇ ਜੋ ਪਿੰਡ ਦੀ ਪੰਚਾਇਤ ਹੋਏਗੀ ਅਸੀਂ ਹਰ ਇੱਕ ਮੋੜ ਦੇ ਉੱਤੇ ਸਟਰੀਟ ਲਾਈਟਾਂ ਲਵਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਗੁਰਪੁਰਬ ਮਨਾਉਂਦੇ ਹਾਂ ਅਤੇ ਪ੍ਰਭਾਤ ਫੇਰੀਆਂ ਕੱਢਦੇ ਹਾਂ ਅਤੇ ਸਭ ਤੋਂ ਪਹਿਲਾਂ ਮਹਿਲਾਵਾਂ ਰਾਤ ਨੂੰ ਆਉਂਦੀਆਂ ਨੇ ਜਾਂਦੀਆਂ ਨੇ ਸ਼ਾਮ ਦੇ ਟਾਈਮ ਅਤੇ ਸਾਨੂੰ ਬਹੁਤ ਹੀ ਦਿੱਕਤ ਆਉਂਦੀ ਆ ਦੂਜਾ ਅਸੀਂ ਇੱਕ ਸਟੇਡੀਅਮ ਬਣਾਵਾਂਗੇ ਨੌਜਵਾਨਾਂ ਵਾਸਤੇ ਆਪਣੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਤੇ ਜੋ ਕਿ ਸਾਡੇ ਬੱਚੇ ਖੇਡ ਸਕਣ ਔਰ ਜ਼ਿਆਦਾਤਰ ਆਪਣੀ ਆਰਮੀ ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋ ਸਕਣ ਕਿਉਂਕਿ ਸਾਡਾ ਪਿੰਡ ਬਹੁਤ ਹੀ ਪਿੱਛੇ ਚੱਲਿਆ ਜੇ ਆਪਾਂ ਵੇਖੀਏ ਤਾਂ ਸਾਡੇ ਆਲ ਦੁਆਲ ਦੇ ਪਿੰਡ ਸਾਰੇ ਸਾਡੇ ਨਾਲ ਅੱਗੇ ਚੱਲ ਰਹੇ ਨੇ ਹਾਂ ਬਾਕੀ ਇਹ ਹੈ ਜੀ ਮੇਰੇ ਪਿੰਡ ਦੀ ਵੇਖ ਤੁਸੀਂ ਡਿਵੈਲਪਮੈਂਟ ਜਿੰਨੀ ਵੀ ਹੋ ਰਹੀ ਹੈ ਗਲੀਆਂ ਨਾਲੀ ਕੋਈ ਵੀ ਤੁਸੀਂ ਵੇਖ ਲਓ ਜਿੱਦਾਂ ਦੀ ਹੈਗੀ ਹੈ ਜੋ ਕਿਸੇ ਨੇ ਕੋਈ ਪੱਕੀ ਨਹੀਂ ਬਣੀ ਹਜੇ ਤੱਕ ਇੰਨਾ ਪੈਸਾ ਆਉਣ ਦੇ ਬਾਵਜੂਦ ਵੀ ਜੇ ਕੋਈ ਕੰਮ ਨਹੀਂ ਹੋਇਆ ਉਹਦੇ ਵਿੱਚ ਤਾਂ ਬਹੁਤ ਮਾੜੀ ਗੱਲ ਹੈ ਜੀ ਤੁਸੀਂ ਸੁਣਿਆ ਕਿ 10 ਸਾਲ ਅਕਾਲੀ ਸਰਕਾਰ ਇੱਥੇ ਰਹੀ ਆ ਕਾਫੀ ਫੰਡ ਵੀ ਜਿਹੜਾ ਗ੍ਰਾਂਟ ਵੀ ਜਿਹੜੀ ਜਾਰੀ ਕੀਤੀ ਗਈ ਲੇਕਿਨ ਫਿਰ ਵੀ ਜਿਹੜੇ ਵਿਕਾਸ ਨੇ ਉਹ ਹਜੇ ਵੀ ਅਧੂਰੇ ਨੇ ਹੁਣ ਲੋਕਾਂ ਨੇ ਇੱਥੇ ਪਿੰਡ ਵਾਸੀਆਂ ਨੇ ਸਹਿਮਤੀ ਜਤਾਈ ਆ ਕਿ ਸਰਪੰਚ ਸਾਹਿਬ ਜਿਹੜੇ ਆ ਉਹ ਜਿਹੜੇ ਵਿਕਾਸ ਦੇ ਜਿਹੜੇ ਮੁੱਦੇ ਆ ਉਸ 'ਤੇ ਚੋਣ ਲੜੀ ਆ ਜਿਹੜੇ ਵਿਕਾਸ ਦੇ ਮੁੱਦੇ ਉਹ ਪੂਰੇ ਕਰਨਗੇ ਹੁਣ ਵੇਖਣਾ ਇਹ ਹੋਏਗਾ ਕਿ ਕੁਝ ਸਮੇਂ ਬਾਅਦ ਵੇਖਾਂਗੇ ਵੀ ਪਿੰਡ ਦੇ ਹਾਲਾਤ ਵੇਖਾਂਗੇ ਜਿਹੜਾ ਪਿੰਡ ਦਾ ਜਿਹੜਾ ਕਿੰਨਾ ਕੁ ਫਰਕ ਪਿਆ ਵਾ ਕੈਮਰਾ ਪਰਸਨ ਸਤਵਿੰਦਰ ਦੇ ਨਾਲ ਅਵਤਾਰ ਸਿੰਘ ਇੰਡੀਆ ਨਿਊਜ਼ ਪੰਜਾਬ ਗੁਰਦਾਸਪੁਰ